ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਜਦੋਂ ਗੱਲ ਪੰਜਾਬੀਆਂ ਦੀ ਆ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਆਪਣੇ ਸ਼ੌਂਕ ਦੇ ਉੱਤੇ ਹਰ ਰੀਝ ਲਾ ਦਿੱਤੀ ਜਾਂਦੀ ਹੈ। ਤਾਂ ਬਿਲਕੁਲ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿਸੇ ਹਾਦਸੇ ਜਾਂ ਕਿਸੇ ਘਟਨਾ ਦੀਆਂ ਨਹੀਂ, ਸਗੋਂ ਸ਼ੌਂਕ ਪੂਰਾ ਹੋਣ ਦੀਆਂ ਇਹ ਤਸਵੀਰਾਂ ਨੇ। ਤੁਹਾਨੂੰ ਦੱਸ ਦਈਏ, ਨਵਾਂ ਸ਼ਹਿਰ ਨਜ਼ਦੀਕ ਇੱਕ ਪਿੰਡ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਆਪਣੀ ਕੋਠੀ ਦੇ ਉੱਤੇ ਥਾਰ ਗੱਡੀ ਚੜ੍ਹਾ ਲਈ ਗਈ ਹੈ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਰੇਨ ਦੇ ਨਾਲ ਇਹ ਥਾਰ ਗੱਡੀ ਇਸ ਵਿਅਕਤੀ ਦੇ ਕੋਠੀ ਦੇ ਉੱਤੇ ਚੜ੍ਹਾਈ ਜਾ ਰਹੀ ਹੈ। ਦਰਅਸਲ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸਨੂੰ ਸ਼ੌਂਕ ਸੀ ਇਸ ਗੱਲ ਦਾ ਕਿ ਉਸਦੀ ਕੋਠੀ ਦੇ ਉੱਤੇ ਥਾਰ ਗੱਡੀ ਜਿਹੜੀ ਆ ਹੋਵੇ, ਅਤੇ ਇਸ ਬਾਬਤ ਜਦੋਂ ਉਸਨੇ ਥਾਰ ਗੱਡੀ ਜਿਹੜੀ ਕੋਠੀ 'ਤੇ ਚੜ੍ਹਾ ਲਈ ਤਾਂ ਉਸਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਰਿਹਾ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੌਂਕ ਸੀ ਕਿ ਉਹ ਆਪਣੀ ਕੋਠੀ ਜਿਹੜੀ ਆ ਉਸਦੇ ਉੱਤੇ ਆਪਣਾ ਸ਼ੌਂਕ ਪੂਰਾ ਕਰਨ, ਅਤੇ ਕਾਫੀ ਮੁਸ਼ਕਤ ਤੋਂ ਬਾਅਦ ਜਿਹੜੀ ਜੀਪ ਹੈ ਉਹਨਾਂ ਦੀ ਕੋਠੀ 'ਤੇ ਚਾੜੀ ਗਈ ਹੈ। ਤਾਂ ਬਿਲਕੁਲ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਪੰਜਾਬੀਆਂ ਦੇ ਵੱਲੋਂ ਆਪਣਾ ਹਰੇਕ ਸ਼ੌਂਕ ਪੂਰਾ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ, ਹਰ ਰੀਝ ਲਾ ਦਿੰਦੇ ਨੇ, ਪੂਰੀ ਵਾਹ ਲਾ ਦਿੰਦੇ ਨੇ। ਫਿਰ ਚਾਹੇ ਉਹ ਕੋਠੇ 'ਤੇ ਸਟੈਚੂ ਆਫ ਲਿਬਰਟੀ ਦਾ ਸਟੈਚੂ ਬਣਾਉਣਾ ਹੋਵੇ ਜਾਂ ਫਿਰ ਹੁਣ ਕੋਠੇ 'ਤੇ ਜੀਪ ਚੜਾਉਣਾ ਹੋਵੇ, ਤਾਂ ਪੰਜਾਬੀਆਂ ਨੇ ਕੋਈ ਵੀ ਕਸਰ ਨਹੀਂ ਛੱਡੀ। ਆਪਣੇ ਚਾਹੁਣ ਵਾਲਿਆਂ ਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰ ਦਿਓ ਜੋ ਕਿ ਇੱਦਾਂ ਦੇ ਸ਼ੌਂਕ ਰੱਖਦੇ ਨੇ। ਅਜੇ ਐਵੇਂ ਨਹੀਂ ਕਿਹਾ ਜਾਂਦਾ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ ਹੁੰਦੀ ਹੈ, ਉਹਨਾਂ ਦੇ ਕੰਮ ਵੀ ਸ਼ਾਨ ਵਧਾਉਣ ਵਾਲੇ ਹੁੰਦੇ ਆ। ਤਾਂ ਬਿਲਕੁਲ ਤੁਹਾਨੂੰ ਦੱਸ ਦਈਏ, ਜ਼ਿਲ੍ਹਾ ਨਵਾਂ ਸ਼ਹਿਰ ਦੇ ਨਜ਼ਦੀਕ ਦਿਹਾਤੀ ਇਲਾਕੇ ਦੀਆਂ ਤਸਵੀਰਾਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਕੋਠੀ 'ਤੇ ਥਾਰ ਗੱਡੀ ਉੱਤੇ ਚੜ੍ਹਾ ਲਈ ਗਈ ਹੈ। ਉਸ ਵਿਅਕਤੀ ਦਾ ਕਹਿਣਾ ਕਿ ਉਸਨੂੰ ਸ਼ੌਂਕ ਸੀ ਅਜਿਹਾ ਕਰਨ ਦਾ, ਜਿਸ ਤੋਂ ਬਾਅਦ ਉਸਨੇ ਇੱਦਾਂ ਦਾ ਕੀਤਾ। ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਜਦੋਂ ਗੱਲ ਪੰਜਾਬੀਆਂ ਦੀ ਆ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਆਪਣੇ ਸ਼ੌਂਕ ਦੇ ਉੱਤੇ ਹਰ ਰੀਝ ਲਾ ਦਿੱਤੀ ਜਾਂਦੀ ਹੈ। ਤਾਂ ਬਿਲਕੁਲ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿਸੇ ਹਾਦਸੇ ਜਾਂ ਕਿਸੇ ਘਟਨਾ ਦੀਆਂ ਨਹੀਂ, ਸਗੋਂ ਸ਼ੌਂਕ ਪੂਰਾ ਹੋਣ ਦੀਆਂ ਇਹ ਤਸਵੀਰਾਂ ਨੇ। ਤੁਹਾਨੂੰ ਦੱਸ ਦਈਏ, ਨਵਾਂ ਸ਼ਹਿਰ ਨਜ਼ਦੀਕ ਇੱਕ ਪਿੰਡ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਆਪਣੀ ਕੋਠੀ ਦੇ ਉੱਤੇ ਥਾਰ ਗੱਡੀ ਚੜ੍ਹਾ ਲਈ ਗਈ ਹੈ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਰੇਨ ਦੇ ਨਾਲ ਇਹ ਥਾਰ ਗੱਡੀ ਇਸ ਵਿਅਕਤੀ ਦੇ ਕੋਠੀ ਦੇ ਉੱਤੇ ਚੜ੍ਹਾਈ ਜਾ ਰਹੀ ਹੈ। ਦਰਅਸਲ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸਨੂੰ ਸ਼ੌਂਕ ਸੀ ਇਸ ਗੱਲ ਦਾ ਕਿ ਉਸਦੀ ਕੋਠੀ ਦੇ ਉੱਤੇ ਥਾਰ ਗੱਡੀ ਜਿਹੜੀ ਆ ਹੋਵੇ, ਅਤੇ ਇਸ ਬਾਬਤ ਜਦੋਂ ਉਸਨੇ ਥਾਰ ਗੱਡੀ ਜਿਹੜੀ ਕੋਠੀ 'ਤੇ ਚੜ੍ਹਾ ਲਈ ਤਾਂ ਉਸਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਰਿਹਾ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੌਂਕ ਸੀ ਕਿ ਉਹ ਆਪਣੀ ਕੋਠੀ ਜਿਹੜੀ ਆ ਉਸਦੇ ਉੱਤੇ ਆਪਣਾ ਸ਼ੌਂਕ ਪੂਰਾ ਕਰਨ, ਅਤੇ ਕਾਫੀ ਮੁਸ਼ਕਤ ਤੋਂ ਬਾਅਦ ਜਿਹੜੀ ਜੀਪ ਹੈ ਉਹਨਾਂ ਦੀ ਕੋਠੀ 'ਤੇ ਚਾੜੀ ਗਈ ਹੈ। ਤਾਂ ਬਿਲਕੁਲ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਪੰਜਾਬੀਆਂ ਦੇ ਵੱਲੋਂ ਆਪਣਾ ਹਰੇਕ ਸ਼ੌਂਕ ਪੂਰਾ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ, ਹਰ ਰੀਝ ਲਾ ਦਿੰਦੇ ਨੇ, ਪੂਰੀ ਵਾਹ ਲਾ ਦਿੰਦੇ ਨੇ। ਫਿਰ ਚਾਹੇ ਉਹ ਕੋਠੇ 'ਤੇ ਸਟੈਚੂ ਆਫ ਲਿਬਰਟੀ ਦਾ ਸਟੈਚੂ ਬਣਾਉਣਾ ਹੋਵੇ ਜਾਂ ਫਿਰ ਹੁਣ ਕੋਠੇ 'ਤੇ ਜੀਪ ਚੜਾਉਣਾ ਹੋਵੇ, ਤਾਂ ਪੰਜਾਬੀਆਂ ਨੇ ਕੋਈ ਵੀ ਕਸਰ ਨਹੀਂ ਛੱਡੀ। ਆਪਣੇ ਚਾਹੁਣ ਵਾਲਿਆਂ ਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰ ਦਿਓ ਜੋ ਕਿ ਇੱਦਾਂ ਦੇ ਸ਼ੌਂਕ ਰੱਖਦੇ ਨੇ। ਅਜੇ ਐਵੇਂ ਨਹੀਂ ਕਿਹਾ ਜਾਂਦਾ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ ਹੁੰਦੀ ਹੈ, ਉਹਨਾਂ ਦੇ ਕੰਮ ਵੀ ਸ਼ਾਨ ਵਧਾਉਣ ਵਾਲੇ ਹੁੰਦੇ ਆ। ਤਾਂ ਬਿਲਕੁਲ ਤੁਹਾਨੂੰ ਦੱਸ ਦਈਏ, ਜ਼ਿਲ੍ਹਾ ਨਵਾਂ ਸ਼ਹਿਰ ਦੇ ਨਜ਼ਦੀਕ ਦਿਹਾਤੀ ਇਲਾਕੇ ਦੀਆਂ ਤਸਵੀਰਾਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਕੋਠੀ 'ਤੇ ਥਾਰ ਗੱਡੀ ਉੱਤੇ ਚੜ੍ਹਾ ਲਈ ਗਈ ਹੈ। ਉਸ ਵਿਅਕਤੀ ਦਾ ਕਹਿਣਾ ਕਿ ਉਸਨੂੰ ਸ਼ੌਂਕ ਸੀ ਅਜਿਹਾ ਕਰਨ ਦਾ, ਜਿਸ ਤੋਂ ਬਾਅਦ ਉਸਨੇ ਇੱਦਾਂ ਦਾ ਕੀਤਾ।